ਅੱਜ ਉਸ ਪਿੰਡ ਦੀ ਗੱਲ ਤੋਰਦੇ ਹਾਂ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵਸਦੇ ਰਹੋ ਉੱਜੜ ਜਾਓ। ਉਹੀ ਪਿੰਡ ਹੈ ਕੰਬੋ ਵਜ਼ੀਰ ਦਾ ਪਿੰਡ। ਉਹਨਾਂ ਰੱਖਿਆ ਸੀ ਆਪਣੀ ਧੀ ਦੇ ਨਾਂ 'ਤੇ ਇਸ ਪਿੰਡ ਦਾ ਨਾਂ। ਇਹ ਪਿੰਡ ਹੈ ਕੰਗਨਪੁਰ। ਆਗਾਜ 650 ਤੋਂ ਚੂਨੀਆਂ ਦੇ ਇੱਕ ਕੰਬੋ ਵਜ਼ੀਰ ਮਹਾਪੰਜ ਰਤਨ ਰਤਨਪਾਲ, ਉਹਨਾਂ ਦੀ ਧੀ ਸੀ ਕੰਗਨਾ ਬ੍ਰਹਮ। ਉਹਦੇ ਨਾਂ 'ਤੇ ਆਬਾਦ ਹੈ ਇਸ ਪਿੰਡ ਦਾ ਨਾਂ ਕੰਗਨਪੁਰ। ਪੂਰਾ ਸਫ਼ਰਨਾਮਾ ਫਰੋਲਦੇ ਹਾਂ। ਕੰਬੋ ਰਾਣੀ ਸੀ ਜਿਹੜੀ, ਉਹਦੇ ਪੇਟੋਂ ਇੱਕ ਪੁੱਤ ਅਤੇ ਇੱਕ ਧੀ। ਪੁੱਤ ਰਾਜਕੁਮਾਰ ਮਹਾਚਾਵਰ, ਧੀ ਕੰਗਨਾ, ਕੰਗਨਾ ਮਾਈ ਜਾਂ ਕੰਗਣ ਬਾਰਾ। ਰਾਜਾ ਮਹੀਪਾਲ ਨਾਲ ਸ਼ਾਦੀ ਹੋਈ। ਰਾਜਾ ਮਹੀਪਾਲ ਦੀਆਂ ਦੋ ਸ਼ਾਦੀਆਂ ਹੋਈਆਂ ਸਨ। ਇੱਕ ਦਿਨ ਕੀ ਹੋਇਆ ਕਿ ਦੋਵੇਂ ਰਾਣੀਆਂ ਬਾਗ 'ਚ ਸੈਰ ਕਰਨ ਤੁਰ ਪਈਆਂ ਤਾਂ ਰਾਜਾ ਦਾਹਰ ਦੀ ਜਿਹੜੀ ਧੀ ਸੀ ਉਹ ਸੌਕਣ ਨੂੰ ਮੀਣਾ ਮਾਰਨ ਲੱਗੀ। ਆਖਦੀ, ਮੈਂ ਤਾਂ ਪੇਕੇ ਘਰੋਂ ਸ਼ਾਦੀ ਦੇ ਵਕਤ ਜਹਾਜ਼ 'ਤੇ ਚੜ੍ਹ ਕੇ ਆਈ ਸੀ ਅਤੇ ਬਾਦਸ਼ਾਹ ਦੀ ਧੀ ਆ, ਪਰ ਤੂੰ ਇੱਕ ਗਵਾਰ ਜ਼ਮੀਂਦਾਰ ਦੀ ਧੀ, ਤੇਰਾ ਮੇਰੇ ਨਾਲ ਕੀ ਮੁਕਾਬਲਾ? ਕੰਗਣਾ ਨੂੰ ਮੀਣਾ ਕੀ ਵੱਜਿਆ? ਮਾਪਿਆਂ ਨੂੰ ਸਾਰਾ ਹਾਲ ਜਾ ਦੱਸਿਆ। ਫਿਰ ਕੀ ਹੋਇਆ? ਉਹ ਫਰੋਲਦੇ ਹਾਂ ਕੁਝ ਹੋਰ ਵਰਕੇ। ਸੌਕਣ ਦਾ ਮੀਣਾ, ਰਤਨਪਾਲ ਨੇ ਗੱਲ ਜਵਾਈ ਤੱਕ ਪਹੁੰਚਾ ਤੀ। ਦੂਰ ਕਰੋ ਤਾਨਾ, ਪਰ ਤਾਨਾ ਤਾਂ ਦੂਰ ਨਾ ਹੋਇਆ। ਰਤਨਪਾਲ ਦੀ ਇੱਕ ਯੋਜਨਾ ਚੱਲ ਗਈ। ਜਵਾਈ ਨੂੰ ਆਖਦਾ, ਖੋਤੇਵਾਲ ਦੇ ਬਾਗਾਂ ਨੂੰ ਪਾਣੀ ਦੇਣ ਵਾਸਤੇ ਸਤਲੁਜ ਨਦੀ 'ਚੋਂ ਨਹਿਰ ਪੁੱਟ ਕੇ ਲਿਆਉਣੀ ਚਾਹੀਦੀ ਹੈ। ਜਵਾਈ ਨੇ ਕੀ ਕੀਤਾ ਕਿ ਸਾਰੀ ਜ਼ਿੰਮੇਵਾਰੀ ਹੀ ਉਹਨਾਂ 'ਤੇ ਪਾਤੀ। ਬੜੀ ਮਿਹਨਤ ਕੀਤੀ, ਆਖਿਰ ਕਡਵਾਲੀ ਨਹਿਰ ਅਤੇ ਨਾਂ ਰੱਖਿਆ ਟੋਟਵਾ ਨਹਿਰ। ਉਸ ਵਕਤ ਜਿਹੜਾ ਚੂਨੀਆ ਸੀ ਉਹ ਲਾਹੌਰ ਜ਼ਿਲ੍ਹੇ ਦਾ ਹਿੱਸਾ ਸੀ, ਅੱਜ ਕੱਲ੍ਹ ਤਾਂ ਕਸੂਰ ਦਾ ਹਿੱਸਾ। ਖੈਰ, ਚੂਨੀਆ ਦਰਿਆ ਦੇ ਕੰਢੇ ਸੀਗਾ। ਕੰਬੋ ਰਾਣੀ ਲਈ ਕਿਸ਼ਤੀ ਆ ਗਈ। ਸਵਾਰ ਹੋਈ ਰਾਣੀ ਕੰਗਣਾ ਅਤੇ ਖੋਤੇਵਾਲ ਪੁੱਜ ਗਈ। ਉਦੋਂ ਹੋਇਆ ਸੀ ਤਕੜਾ ਮੇਲਾ। ਉਸ ਤੋਂ ਬਾਅਦ ਕੰਗਨਪੁਰ ਦਾ ਕੀ ਬਣਿਆ? ਤੁਰਦੇ ਹਾਂ ਉਹਨਾਂ ਰਾਹਾਂ 'ਤੇ। ਕੰਗਣਾ ਦੀ ਸ਼ਾਦੀ ਨੂੰ ਕੁਝ ਸਮਾਂ ਹੀ ਬੀਤਿਆ ਅਤੇ ਇਲਾਕਾ ਆਬਾਦੀ ਰਹਿਤ ਹੋ ਗਿਆ। ਬੜਾ ਲੰਬਾ ਵਕਤ। ਫਿਰ ਆਏ ਬਾਦਸ਼ਾਹ ਜ਼ਹੀਰ ਉਦੀਨ ਬਾਬਰ ਦੇ ਇੱਕ ਜਰਨੈਲ ਅਕਬਰ ਮੁਗਲ। ਕੋਸ਼ਿਸ਼ ਕੀਤੀ ਅਤੇ ਇਲਾਕਾ ਆਬਾਦ ਹੋ ਗਿਆ, ਪਰ ਇੱਕ ਝਗੜਾ ਹੋਇਆ ਅਤੇ ਫਿਰ ਤੁਰ ਪਿਆ ਝਗੜਿਆਂ ਦੀ ਰਾਹ ਦੇ ਵੱਲ। ਉੱਥੇ ਇੱਕ ਰਾਣੀ ਬਾਗ ਵੀ ਹੈ, ਬਿਲਕੁਲ ਕਿਲੇ ਵਰਗੀ ਇਮਾਰਤ। ਕੰਗਨਪੁਰ ਤੋਂ ਇੱਕ ਅੱਧਾ ਕਿਲੋਮੀਟਰ ਦੀ ਵਿੱਤ ਹੈ, ਪਰ ਬਣਵਾਇਆ ਕਿਸਨੇ ਉਹ ਵਾਲਾ ਰਾਣੀ ਬਾਗ? ਉਹ ਬਣਵਾਇਆ ਸੀ ਸ਼ਾਹਜਹਾਨ ਨੇ 1650 ਦੇ ਵਿੱਚ। ਫਿਰ ਖਾਲਸਾ ਰਾਜ ਆ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਲਈ ਇਹ ਜਗ੍ਹਾ ਬਣ ਗਈ ਮਨੋਰੰਜਨ ਵਾਲੀ ਜਗ੍ਹਾ। ਖੈਰ, ਕੰਗਣਾ ਦੀ ਗੱਲ ਮੁਕੰਮਲ ਕਰ ਲਈਏ।
ਤਾਂ ਕੰਗਨ ਬਾਰਾਂ ਦੀ ਕਬਰ ਹੈ ਜਿਹੜੀ ਉਹ ਹੈ ਵਿਹਾੜੀ ਦੇ ਬੂਰੇ ਵਾਲਾ ਤਹਿਸੀਲ 'ਚ ਹਾਜੀ ਸ਼ੇਰ ਦੀਵਾਨ ਦੀ ਕਬਰ ਦੇ ਨਾਲ ਲੱਗਦੀ ਹੈ, ਮਤਲਬ ਭਰਾ ਦੀ ਕਬਰ ਦੇ ਲਾਗੇ। ਹੁਣ ਦੋ ਪਿੰਡਾਂ ਦੀ ਗੱਲ ਤੋਰਦੀ ਹਾਂ, ਇੱਕ ਕੰਗਨਪੁਰ ਅਤੇ ਦੂਜਾ ਮਾਨਕ ਦੇਖੇ। ਪਹਿਲੇ ਕੰਗਨਪੁਰ, ਉਹੀ ਪਿੰਡ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਪਧਾਰੇ ਸਨ। ਵਣ ਦੇ ਦਰਖਤ ਦੇ ਥੱਲੇ ਡੇਰਾ ਲਾ ਲਿਆ, ਮਲ ਸਾਹਿਬ ਗੁਰਦੁਆਰਾ ਵੀ ਹੈ ਉੱਥੇ। ਪਰ ਗੁਰੂ ਸਾਹਿਬ ਅਤੇ ਮਰਦਾਨਾ ਜੀ ਨਾਲ ਕੀ ਹੋਇਆ, ਪਿੰਡ ਵਾਲਿਆਂ ਨੇ ਖਿਲਾਫਤ ਕੀਤੀ, ਪਥਰਾਅ ਵੀ ਕੀਤਾ, ਤਾਂ ਗੁਰੂ ਸਾਹਿਬ ਨੇ ਫਰਮਾਇਆ ਵਸਦੇ ਰਹੋ ਵਸਦੇ ਰਹੋ। ਇਹ ਕਿਉਂ, ਉਹ ਗੱਲ ਵੀ ਕਰਦੇ ਹਾਂ, ਪਹਿਲਾਂ ਦੂਜੇ ਪਿੰਡ ਤੁਰਦੇ ਹਾਂ। ਫਿਰ ਗੁਰੂ ਜੀ ਅਤੇ ਮਰਦਾਨਾ ਜੀ ਤੁਰ ਪਏ ਕੰਗਨਪੁਰ ਤੋਂ 2-3 ਕਿਲੋਮੀਟਰ ਦੂਰ ਪਿੰਡ ਮਾਨਕ ਦੇਖੇ ਪੈਦਲ ਹੀ। ਉੱਥੇ ਵੀ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸ੍ਰੀ ਮੰਜੀ ਸਾਹਿਬ। ਲੋਕਾਂ ਨੇ ਬੜਾ ਮਾਨ ਸਨਮਾਨ ਕੀਤਾ, ਪਿਆਰ ਮੁਹੱਬਤ ਵੰਡਤੀ, ਪਰ ਲਫ਼ਜ਼ ਗੁਰੂ ਜੀ ਦੇ ਖਿੰਡ ਜਾਓ ਜਾਂ ਉੱਜੜ ਜਾਓ। ਭਾਈ ਮਰਦਾਨਾ ਜੀ ਨੇ ਸੁਣ ਲਿਆ, ਬੜੇ ਹੈਰਾਨ ਹੋਈ, ਪੁੱਛ ਲਿਆ ਗੁਰੂ ਜੀ ਤੋਂ, ਤੁਸੀਂ ਸਾਡੇ ਨਾਲ ਗਾਲੀ ਗਲੋਚ ਕਰਨ ਵਾਲੇ ਪਿੰਡ ਵਾਲਿਆਂ ਨੂੰ ਵਸਦੇ ਰਹੋ ਕਿਹਾ ਸੀ, ਅਤੇ ਇਹਨਾਂ ਭਲੇ ਲੋਕਾਂ ਨੂੰ ਖਿੰਡ ਜਾਓ ਜਾਂ ਉੱਜੜ ਜਾਓ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਇਹ ਲੋਕ ਜਿੱਥੇ ਖਿੰਡ ਕੇ ਜਾਣਗੇ ਉੱਥੇ ਨੇਕੀ ਹੀ ਫੈਲਾਉਣਗੇ, ਚੰਗੇ ਕੰਮ ਕਰਨਗੇ। ਜੇ ਦੂਜੇ ਪਿੰਡ ਦੇ ਲੋਕ ਖਿੰਡ ਗਏ ਤਾਂ ਉਹ ਬੁਰੇ ਕੰਮ ਕਰਨਗੇ ਅਤੇ ਬੁਰਾਈ ਫੈਲਾਉਣਗੇ। ਬਸ ਇਹੀ ਕਾਰਨ ਹੈ, ਇਹੀ ਕਾਰਨ ਹੈ ਮਰਦਾਨਿਆਂ। ਕੰਗਨਪੁਰ ਉਹੀ ਪਿੰਡ ਹੈ ਜਿੱਥੇ ਨਕਈ ਮਿਸਲ ਦਾ ਕਬਜ਼ਾ ਵੀ ਰਿਹਾ। ਪਰ ਫਿਰ ਕੀ ਹੋਇਆ, 1947 ਆ ਗਿਆ, ਵੰਡ ਦਾ ਦੌਰ, ਪੰਜਾਬ ਦੀ ਵੰਡ, ਛੱਡਣਾ ਪਿਆ ਘਰ ਬਾਰ, ਚੁੱਲ੍ਹੇ ਚੌਕੇ ਅਤੇ ਖੇਤ ਖਲਿਆਰ। ਹਿੰਦੂ ਅਤੇ ਸਿੱਖ ਇੱਧਰ ਤੁਰ ਪਏ, ਮੁਸਲਮਾਨ ਪਰਿਵਾਰ ਉੱਧਰ ਵੱਲ, ਕਾਹਦੇ ਲਈ, ਨਵੇਂ ਆਸ਼ਿਆਨੇ ਦੀ ਭਾਲ ਵਾਸਤੇ।